ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡ ਵਾਲਾ ਜੱਟ ਚੈਨਲ ਸਵਾਗਤ ਕਰਦੇ ਜੀ। ਆਸ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਵਧੀਆ ਗੱਲ ਹੈ, ਹੋਣੇ ਵੀ ਚਾਹੀਦੇ ਹੋ। ਕਰਦੇ ਆਪਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ। ਉਸ ਤੋਂ ਪਹਿਲਾਂ ਫਰੈਂਡ, ਸਾਡੇ ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ। ਅਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ, ਲਾਈਕ, ਸ਼ੇਅਰ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ। ਕਰਦੇ ਆਪਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ। ਆ ਜਾਓ ਫਿਰ, ਬਣੇ ਰਹੋ ਵੀਡੀਓ ਨਾਲ ਐਂਡ ਤੱਕ ਜੀ। ਸਾਡੇ ਮਹਾਂਸ਼ੀਲ ਉੱਪਰ ਜਾ ਰਹੇ ਨੇ, ਪਿੱਛੇ ਦੇਖਦੇ ਹੀ ਨਹੀਂ ਕੋਈ ਬੰਦਾ ਹੈਗਾ ਕਿ ਨਹੀਂ ਹੈਗਾ। ਅੱਗੇ ਦੇਖੋ, ਕਹਿੰਦੇ ਸਾਰੇ ਗਏ ਹੋਏ ਨੇ, ਅੱਜ ਸਾਰੇ ਗਏ ਹੋਏ ਨੇ। ਆ ਯੂਨੀਬਿਕ ਦਾ ਇੱਕੋ ਹੀ ਪੈਕਟ ਹੈ, ਚੋਕਲੇਟੀ। ਹਾਂ, ਇਹੀ ਹੈ ਫੂਟਨਰ ਯਾਰ, ਗੋਲਡੀ
ਡੇਟ ਚੈੱਕ ਕਰ ਲਓ ਤੁਸੀਂ। ਲਓ ਜੀ, ਛੇਵੇਂ ਵੱਟ ਰਹੇ ਹਾਂ, ਮੱਥਾ ਟੇਕਣਾ। ਯਾਰੀ ਕਰ ਮੰਮੀ ਦਾ, ਮੰਮੀ ਦੀ ਮੰਮਾ ਨਾ। ਹਾਂ ਮੰਮੀ ਦੀ ਆਵਾਜ਼ ਦਾ ਤਾਂ ਨਾ ਵੱਟ ਰਹੀ ਹੈ ਮੈਨੂੰ ਬੜਾ ਆਈ ਜਾਂਦੇ ਮੈਂ ਪੱਟਣੀ ਆ। ਹੂੰ ਵੀ ਅਗਰ ਮੇਰੇ ਨਾਲ ਕਿਹੜੀ ਜ਼ਿੰਦਗੀ ਦਾ ਵੱਟ ਗਿਆ ਮੱਥਾ ਟੇਕਣਾ, ਫਿਰ ਮੈਂ ਵੀ ਐਵੇਂ ਵੱਟ ਕਰਾਂਗਾ। ਠੀਕ ਹੈ, ਸਿੱਖਣਾ ਐਵੇਂ ਮੋਟੀਆਂ ਹੋ ਜਾਏਗੀਆਂ ਅੱਗੇ ਥੋੜ੍ਹੀ ਹੋਰ ਕੋਈ ਨੀ ਹੁੰਦਾ ਕੋਈ ਕੰਮ ਹੈ ਸਿੱਖਣਾ ਕੋਲ। ਲੈ ਵੀ ਕਹਿੰਦੇ ਮੰਮੀ ਛਿਆਟੀ ਨਾਲ ਛੇਵੀਆਂ ਵੱਟ ਰਹੀ ਆ ਅਤੇ ਨੌਵੀਂ ਆ, ਨੌਵੀਂ ਨੂੰ ਭਾਈ ਮੱਥਾ ਟੇਕਦੇ ਆ। ਗੁੱਗੇ ਯਾਰ ਪੀਰ ਦਾ ਜਨਮ ਹੋਇਆ ਜੀ, ਕਹਿੰਦੇ ਵੀ ਐਂ ਘੜੇ ਦੇ ਉੱਤੇ ਛਾਟੀ ਦੇ ਉੱਤੇ ਜਾਂ ਐਂ ਛੇਵੀਆਂ ਵੱਟ ਦਿੰਦੇ ਹਾਂ, ਛੇਵੀਆਂ ਵੱਟ ਕੇ ਫਿਰ ਮੱਥਾ ਟੇਕਣ ਜਾਂਦੇ ਹਾਂ ਨਾ ਵੀ। ਸਾਰਿਆਂ ਅਲੱਗ ਅਲੱਗ ਹੁੰਦਾ, ਕੋਈ ਕਿਵੇਂ ਵੱਟਦਾ, ਕੋਈ ਕਿਵੇਂ ਵੱਟਦਾ, ਹੈ ਨਾ।
ਮੈਂ ਸੇਵੀਆਂ ਸਿਰਫ ਮੱਥੇ ਵਾਸਤੇ ਟੇਕਦੇ ਹਾਂ, ਮੱਥੇ ਵਾਸਤੇ ਵੱਟਦੇ ਹੁੰਦੇ ਹਾਂ, ਬਾਕੀ ਖਾਣ ਵਾਸਤੇ ਭਾਈ ਜਿੰਦੀ ਨਾਲ ਵੱਟ ਲਓ ਨਾ, ਨਹੀਂ ਖਾ ਤਾਂ ਲੈਂਦੇ ਹੋ ਮੱਥੇ ਵਾਸਤੇ, ਜੇ ਮਤਲਬ ਦੂਜੀਆਂ ਹੋਰ ਜ਼ਿਆਦਾ ਵੱਟਣੀਆਂ ਨੇ ਵੀ ਕਿਸੇ ਜ਼ਿਆਦਾ ਵੱਟਣੀਆਂ, ਮਸ਼ੀਨ ਨਾਲ ਵੱਟ ਸਕਦਾ ਬਾਅਦ 'ਚ। ਹਾਂ ਨੌਵੀਂ ਤੋਂ ਬਾਅਦ ਮੱਥਾ ਟੇਕ ਕੇ ਫਿਰ ਵੱਟਿਆ ਕਰਦੇ ਕਹਿੰਦੇ ਹਾਂ ਬਾਈ। ਬਸ ਥੋੜੀ ਮੋਟੀ ਰਹਿ ਗਈ। ਵੱਡੀ ਜਾ ਰਹੀ ਹੈ ਕਮੈਂਟ ਕਰਕੇ ਦੱਸੋ ਬਈ ਕਿਹੜੇ ਕਿਹੜੇ ਐਵੇਂ ਸੇਵੀਆਂ ਵੱਟ ਕੇ ਨੌਵੀਂ 'ਚ ਮੱਥਾ ਟੇਕਣ ਜਾਂਦੇ ਹੋ, ਕਿਹੜੇ ਕਿਹੜੇ ਮਤਲਬ ਸ਼ਹਿਰਾਂ 'ਚ ਜਾਂ ਪਿੰਡ ਹੁੰਦੇ ਆ, ਕਿਹੜੇ ਕਿਹੜੇ ਏਰੀਏ ਦੇ ਪਿੰਡ ਨੇ, ਕਮੈਂਟ ਕਰਕੇ ਦੱਸੋ ਸਾਨੂੰ ਵੀ ਕਿੱਥੇ ਕਿੱਥੇ ਪਿੰਡ ਵੀ ਜਾਂਦੇ ਨੌਵੀਂ ਨੂੰ। ਓਹੋ ਮਤਲਬ ਐਵੇਂ ਸੇਵੀਆਂ ਬਹੁਤ ਲੋਕ ਘੱਟ ਵੱਟਦੇ ਆ ਨਾ, ਐਵੇਂ ਚਾਤੀ 'ਤੇ ਉੱਧਰ ਕ੍ਰਿਸ਼ਨ ਜੀ ਜਨਮ ਹੋਇਆ ਨਾ, ਜਨਮ ਅਸ਼ਟਮੀ ਗੁੱਗੇ ਜਾਂ ਹਰਪੀਰ ਅਤੇ ਕ੍ਰਿਸ਼ਨ ਜੀ ਜਨਮ ਹੁੰਦਾ ਉਸ ਦਿਨ, ਨੌਮੀ ਨੂੰ ਕਹਿੰਦੇ ਮੱਥਾ ਟੇਕਿਆ ਜਾਂਦਾ ਐਵੇਂ। ਮੀਂਹ ਬਹੁਤ, ਇੱਕ ਵਾਰੀ ਮੀਂਹ ਬਹੁਤ ਪਿਆ ਨਾ, ਆਪਾਂ ਤੁਰ ਕੇ ਗਏ ਜ਼ਿਆਦਾ ਮੀਂਹ ਪਾਣੀ ਪਾਣੀ ਗੋਡੇ ਗੋਡੇ ਪਾਣੀ ਹੋ ਗਿਆ ਜੀ ਸੜਕਾਂ 'ਤੇ। ਕਿੰਨੀ ਤਰੀਕ ਹੈ ਨੌਮੀ? ਭਾਦੋ ਉਹਦੇ ਛੱਡੀ ਆਵੇਗੀ ਜੀ, ਮੰਗਲਵਾਰ ਜਨਮਾਸ਼ਟਮੀ ਦੇਖੀ ਕਿੰਨੀ ਤਰੀਕ ਹੈ ਦੇਖਣਾ ਬਣਿਆ ਕਾਉਂਟਰ ਦੇ ਵਿੱਚ। ਹਾਂ ਦੇਖ ਲੈਣ ਪਹਿਲਾਂ ਵੀ ਐਂ ਸੇਵੀ ਵੱਟਦੇ ਹੁੰਦੇ ਅਤੇ ਫਿਰ ਇਹਨੂੰ ਕਰਕੇ ਬਣਾ ਕੇ ਘੀ ਦੇ ਵਿੱਚ ਹੈ ਨਾ, ਫਿਰ ਮੱਥਾ ਟੇਕਣ ਜਾਵਾਂਗੇ ਭਾਈ।
ਓਕੇ ਲੈ ਲਓ ਜੀ ਫਿਰ ਆਹ ਤਾਂ ਸੀਗਾ ਆਪਣਾ ਅੱਜ ਦਾ ਵਲੋਗ, ਅਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਅਤੇ ਵੀਡੀਓ ਨੂੰ ਆਉਣ ਤੱਕ ਜ਼ਰੂਰ ਦੇਖਿਆ ਕਰੋ ਜੀ, ਅਤੇ ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਨਵੇਂ ਆਏ ਹੋ, ਹੁਣੇ ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਘਰ ਸਭ ਤੋਂ ਪਹਿਲਾਂ ਜੀ, ਅਤੇ ਜੇ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਅਤੇ ਵੀਡੀਓ ਨੂੰ ਆਉਣ ਤੱਕ ਜ਼ਰੂਰ ਦੇਖਿਆ ਕਰੋ ਜੀ, ਚੰਗਾ ਜੀ ਫਿਰ ਸਤਿ ਸ਼੍ਰੀ ਅਕਾਲ, ਮਿਲਦੇ ਤੁਹਾਨੂੰ ਨੈਕਸਟ ਵੀਡੀਓ ਰਾਹੀਂ, ਹੱਸਦੇ ਵੱਜਦੇ ਰਹੋ, ਰੱਬ ਤਰੱਕੀਆਂ ਦੇਵੇ ਤੁਹਾਨੂੰ, ਚੰਗਾ ਜੀ ਫਿਰ ਸਤਿ ਸ਼੍ਰੀ ਅਕਾਲ ਜੀ।